ਸਵਾਗਤ ਹੈ ਪੀਟੀਸੀ న్యూਸអ្វី ਸਾਡਾ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਪੀਟੀਸੀ న్యూਸ ਦਾ ਫੇਸਬੁੱਕ ਪੇਜ ਦੇਖ ਰਹੇ ਹੋ ਤੁਸੀਂ तमाम ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਕਿਉਂਕਿ ਬੜੀਆਂ ਅਫਵਾਹਾਂ ਵੀ ਉਡਾਈਆਂ ਜਾ ਰਹੀਆਂ ਨੇ ਤੇ ਕੁਝ ਖਬਰਾਂ ਸਹੀ ਵੀ ਨਹੀਂ ਕਿਸਾਨੀ ਸੰਘਰਸ਼ ਨੂੰ ਲੈ ਕੇ ਜਿੱਥੇ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਉਹ ਸਾਰੀਆਂ अफवाहਾਂ ਦਾ ਜਵਾਬ ਦੇਣ ਤੇ ਲਈ ਸਟੀਕ ਜਾਣਕਾਰੀ ਦੇਣ ਤੇ ਲਈ ਲਾਈਵ ਹੋਏ ਆ ਕਿ ਦਰਅਸਲ ਹੁਣ ਕਿਸਾਨੀ ਸੰਘਰਸ਼ ਦੀ ਰੂਪਰੇਖਾ ਕੀ ਹੈ ਦਸ਼ਾ ਤੇ ਦਿਸ਼ਾ ਕੀ ਹੈ ਬੜੇ ਸਾਰੇ ਲੋਕ ਕਹਿ ਰਹੇ ਸੀ ਕਿ ਕਿਸਾਨੀ ਸੰਘਰਸ਼ ਜਿਹੜਾ ਉਹ ਹੁਣ ਵੀਕ ਹੋ ਗਿਆ ਉਹ ਸ਼ਾਇਦ ਕਮਜ਼ੋਰ ਪੈ ਗਿਆ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਘਰਾਂ ਨੂੰ ਵਾਪਸ ਜਾਣ ਲੱਗੇ ਨੇ ਪਰ ਪੂਰੀ ਤਰ੍ਹਾਂ ਦੇ ਨਾਲ ਇਸ ਮਾਮਲੇ ਦੇ ਵਿੱਚ ਸੱਚਾਈ ਨਹੀਂ ਹੈ ਹਲੇ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਬੈਠੇ ਨੇ ਹਲੇ ਵੀ ਲੱਖਾਂ ਟਰੈਕਟਰ ਉੱਥੇ ਨੇ ਬਟ ਕਈ ਥਾਵਾਂ ਦੇ ਉੱਤੇ ਕੁਝ ਗੜਬੜੀ ਬਣੀ ਹੈ ਅਜਿਹੇ ਦੇ ਵਿੱਚ ਇਹ ਇਹ ਦੇਖਣ ਦੇ ਵਿੱਚ ਆ ਰਿਹਾ ਕਿ ਸਰਕਾਰ ਤੇ ਦਿੱਲੀ ਪੁਲਿਸ ਹੁਣ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਦੇ ਉੱਤੇ ਵੱਖ-ਵੱਖ ਬਾਰਡਰਾਂ ਤੇ ਪੁਲਿਸ ਦੀ ਤਣਾਤੀ ਵਧਾ ਦਿੱਤੀ ਗਈ ਹੈ ਪੁਲਿਸ ਦੀ ਗਿਣਤੀ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਬਿਜਲੀ ਬੰਦ ਕਰ ਦਿੱਤੀ ਗਈ ਹੈ ਔਰ ਕਈ ਥਾਵਾਂ ਦੇ ਤੋਂ ਧਰਨੇ ਚੁੱਕ ਵੀ ਦਿੱਤੇ ਗਏ ਨੇ ਇੱਕ ਇੱਕ ਕਰਕੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਿੰਗੂ ਬਾਰਡਰ ਦੀ ਸਿੰਗੂ ਬਾਰਡਰ ਦੇ ਵਿੱਚ ਹਾਲਾਤ ਤਣਾਪੂਰਨ ਬਣ ਗਏ ਦਰਅਸਲ ਹੋਇਆ ਇਹ ਹੈ ਜਿੱਥੇ ਸਿੰਘੂ ਬਾਰਡਰ ਤੋਂ ਧਰਨਾ ਸ਼ੁਰੂ ਹੁੰਦਾ ਉਸ ਧਰਨਾ ਸ਼ੁਰੂ ਜਿੱਥੋਂ ਹੁੰਦਾ ਉੱਥੇ ਇੱਕ ਰਸਤਾ ਛੱਡਿਆ ਗਿਆ ਸੀਗਾ ਕਿ ਜੇਕਰ ਕੋਈ ਪੈਦਲ ਜਾਣਾ ਚਾਹੁੰਦਾ ਹੈ ਸਿੰਘੂ ਬਾਰਡਰ ਦੇ ਧਰਨੇ 'ਚ ਸ਼ਾਮਲ ਹੋਣ ਦੇ ਲਈ ਤਾਂ ਉਹ ਜਾ ਸਕਦਾ ਹੈ ਇਹ ਦਿੱਲੀ ਵਾਲੀ ਸਾਈਡ ਦੀ ਗੱਲ ਕਰ ਰਿਹਾ ਇਹ ਦਿੱਲੀ ਵਾਲੀ ਸਾਈਡ ਹੈ ਇੱਥੋਂ ਧਰਨਾ ਸ਼ੁਰੂ ਹੁੰਦਾ ਤਾਂ ਦਿੱਲੀ ਵਾਲੀ ਸਾਈਡ ਤੋਂ ਤੁਸੀਂ ਧਰਨੇ 'ਚ ਜਾ ਸਕਦੇ ਸੀਗੇ ਅੱਜ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਉਹ ਰਾਹ ਬੰਦ ਕਰ ਦਿੱਤਾ ਬੈਰੀਕੇਟਿੰਗ ਕਰ ਦਿੱਤੀ ਪੱਥਰ ਦੀਆਂ ਵੱਡੀਆਂ ਵੱਡੀਆਂ ਸਿੱਲਾਂ ਰੱਖ ਦਿੱਤੀਆਂ ਔਰ ਉਹਨਾਂ ਨੂੰ ਸੰਗਲਾ ਦੇ ਨਾਲ ਬੰਦ ਦਿੱਤਾ ਜਿਹੜਾ ਪੈਦਲ ਰਾਹ ਸੀਗਾ ਦਿੱਲੀ ਤੋਂ ਜਿਕਰਸਿੰਗੂ ਬਾਰਡਰ ਤੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਕਿਸੇ ਨੇ ਜਾਣਾ ਸੀ ਤਾਂ ਉਹ ਇੱਕੋ ਇੱਕ ਪੈਦਲ ਰਾਹ ਸੀਗਾ ਉਸ ਰਾਹ ਨੂੰ ਦਿੱਲੀ ਪੁਲਿਸ ਨੇ ਬੰਦ ਕਰ ਦਿੱਤਾ ਉੱਥੇ ਮਾਹੌਲ ਤਣਾਪੂਰਨ ਵੀ ਬਣਿਆ ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਕਿਉਂਕਿ ਇਹ ਇਸ ਧਰਨੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਟੁਕੜੀ ਹੈ ਸਭ ਤੋਂ ਪਹਿਲਾਂ ਜਿਹੜੀ ਛੌਣੀ ਕਹਿ ਸਕਦੇ ਹੋ ਉਹ ਨਿਹੰਗ ਸਿੰਘਾਂ ਦੀ ਪਈ ਹੋਈ ਹੈ ਨਿਹੰਗ ਸਿੰਘਾਂ ਦਾ ਰਾਹ ਬੰਦ ਹੋ ਗਿਆ ਹੁਣ ਦਿੱਲੀ ਆਉਣ ਦੇ ਲਈ ਜਾਂ ਦਿੱਲੀ ਦਾ ਰਾਹ ਬੰਦ ਹੋ ਗਿਆ ਸਿੰਘੂ ਬਾਰਡਰ ਦੇ ਵਿੱਚ ਐਂਟਰ ਹੋਣ ਦੇ ਲਈ ਇੱਥੇ ਤਣਾ ਬਣਿਆ ਰਿਹਾ ਦੂਜੀ ਵੱਡੀ ਗੱਲ ਜਿਹੜੀ ਹੋਈ ਹੈ ਦੂਜੀ ਵੱਡੀ ਗੱਲ ਇਹ ਹੋਈ ਹੈ ਕਿ ਉੱਥੇ ਲਗਭਗ 100 ਤੋਂ 150 ਲੋਕ ਤਿਰੰਗਾ ਝੰਡਾ ਲੈ ਕੇ ਇਸ ਧਰਨੇ ਪ੍ਰਦਰਸ਼ਨ ਦਾ ਵਿਰੋਧ ਕਰਨ ਲਈ ਪਹੁੰਚ ਗਏ ਉਹਨਾਂ ਨੇ ਕਿਹਾ ਕਿ ਕੱਲ ਜੋ ਹੋਇਆ 26 ਜਨਵਰੀ ਨੂੰ ਜੋ ਹੋਇਆ ਉਸ ਦਾ ਨਿਰਾਦਰ ਕੀਤਾ ਗਿਆ ਤਿਰੰਗੇ ਦਾ ਇਸ ਕਰਕੇ ਧਰਨਾ ਚੁੱਕਿਆ ਜਾਵੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਇਸ ਧਰਨੇ ਕਰਕੇ ਸਾਨੂੰ ਬੜੀ ਦਿੱਕਤ ਆ ਰਹੀ ਹੈ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਇਹ ਸਭ ਕੁਝ ਝੱਲ ਰਹੇ ਸੀ ਪਰ ਹੁਣ ਇਸ ਧਰਨੇ ਨੂੰ ਚੁੱਕਿਆ ਜਾਣਾ ਚਾਹੀਦਾ ਹੈ ਕਿਆ ਜਾ ਰਿਹਾ ਕਿ ਉਹ ਸਥਾਨਕ ਲੋਕ ਨੇ ਜਿਹੜੇ ਨੇੜੜੇ ਤੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹ ਇਸ ਧਰਨੇ ਦਾ ਵਿਰੋਧ ਕਰਨ ਲਈ ਆਏ ਪਰ ਕਿਸਾਨੀ ਆਗੂ ਜਿਹੜੇ ਨੇ ਉਹ ਕਹਿੰਦੇ ਨੇ ਕਿ ਭਾਜਪਾ ਦੇ ਪਲਾਂਟ ਕੀਤੇ ਹੋਏ ਬੰਦੇ ਨੇ ਇਹ ਨਾ ਤਾਂ ਨੇੜੜੇ ਦੇ ਕਿਸਾਨ ਨੇ ਨਾ ਨੇੜੜੇ ਦੇ ਵਸਨੀਕ ਨੇ ਕਿਉਂਕਿ ਦਿੱਲੀ ਵਾਸੀਆਂ ਦਾ ਭਰਪੂਰ ਸਹਿਯੋਗ ਇਸ ਸੰਘਰਸ਼ ਨੂੰ ਲਗਾਤਾਰ ਮਿਲਦਾ ਰਿਹਾ ਇਸ ਕਰਕੇ ਉਹਨਾਂ ਤੇ ਇਲਜ਼ਾਮ ਸੀ ਜਿਹੜੇ ਇਹ ਲੋਕ ਇਕੱਠੇ ਕੀਤੇ ਗਏ ਨੇ ਇਹ ਸਾਡੇ ਤੇ ਦਬਾਅ ਪਾਉਣ ਦੇ ਲਈ ਸੰਘਰਸ਼ ਤੇ ਦਬਾਅ ਪਾਉਣ ਦੇ ਲਈ ਇਕੱਠੇ ਕੀਤੇ ਗਏ ਨੇ ਤਾ ਜੋ ਦਿੱਲੀ ਪੁਲਿਸ ਨੂੰ ਇਹ ਗੱਲ ਮਿਲ ਜੇ ਕਹਿਣ ਲਈ ਕਿ ਜਿਹੜੇ ਨੇੜੇ-ਟੜ ਦੇ ਵਸਨੀਕ ਨੇ ਉਹ ਦੇਖੋ ਦੁਖੀ ਹੋਣੇ ਸ਼ੁਰੂ ਹੋ ਗਏ ਨੇ ਤੁਹਾਡੇ ਸੰਘਰਸ਼ ਤੋਂ ਇਸ ਕਰਕੇ ਇਹ ਸੰਘਰਸ਼ ਜਿਹੜਾ ਇਹ ਚੁੱਕਿਆ ਜਾਵੇ ਅਜਿਹੇ ਹਾਲਾਤ ਨੇ ਜਿਹੜੇ ਪਿਛਲੇ ਕੁਝ ਸਮੇਂ ਤੋਂ ਸਿੰਘੂ ਬਾਰਡਰ ਤੇ ਬਣੇ ਹੋਏ ਸੀ ਪਰ ਹਾਲ ਫਿਲਹਾਲ ਜਿਹੜਾ ਉਹ ਮਾਹੌਲ ਥੋੜਾ ਸ਼ਾਂਤਮਈ ਹੋਇਆ ਉਹਨਾਂ ਲੋਕਾਂ ਨੂੰ ਵਾਪਸ ਭੇਜਿਆ ਗਿਆ ਦਿੱਲੀ ਪੁਲਿਸ ਵੱਲੋਂ ਜਿਹੜੇ ਲੋਕ ਵਿਰੋਧ ਕਰਨ ਲਈ ਆਏ ਸੀਗੇ ਇਧਰੋਂ ਕਿਸਾਨ ਜਿੱਥੇ ਬੰਦੀਆਂ ਤੇ ਲੋਕ ਜਿਹੜੇ ਸੀਗੇ ਜਾਂ ਕਿਸਾਨ ਸੇ ਇਹਨਾਂ ਨੂੰ ਵੀ ਸਮਝਾ ਬੁਝਾ ਕੇ ਵਾਪਸ ਭੇਜ ਦਿੱਤਾ ਗਿਆ ਪਰ ਇੱਕ ਵੱਡੀ ਗੱਲ ਹੋਈ ਹੈ ਉਹ ਰਾਹ ਬੰਦ ਸਿੰਘੂ ਬਾਰਡਰ ਤੋਂ ਦਿੱਲੀ ਅਟੈਚ ਕਰਨ ਵਾਲਾ ਪੈਦਲ ਰਸਤਾ ਸੀਗਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਇਹ ਵੱਡੀ ਖਬਰ ਹੈਗੀ ਹੈ ਹੁਣ ਗੱਲ ਕਰਦੇ ਹਾਂ ਟਿਕਰੀ ਬਾਰਡਰ ਦੀ ਟਿਕਰੀ ਬਾਰਡਰ ਤੇ ਇਹ ਗੱਲ ਕੀਤੀ ਜਾ ਰਹੀ ਸੀ ਕਿ ਟਿਕਰੀ ਬਾਰਡਰ ਤੋਂ ਬੜੇ ਸਾਰੇ ਲੋਕ ਵਾਪਸ ਚਲੇਗੇ ਨੇ ਅਜੇ ਹੀ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਪਰ ਇਸ ਗੱਲ ਦੇ ਵਿੱਚ ਸੱਚਾਈ ਜ਼ਰੂਰ ਹੈਗੀ ਹੈ ਟਿਕਰੀ ਦਿੱਲੀ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਯਾਨੀ ਕਿ ਟਿਕਰੀ ਤੋਂ ਦਿੱਲੀ ਆਣ ਵਾਲੇ ਤੇ ਦਿੱਲੀ ਤੋਂ ਟਿਕਰੀ ਜਾਣ ਵਾਲੇ ਜਿਹੜੇ ਲੋਕ ਨੇ ਉਹ ਹੁਣ ਨਹੀਂ ਜਾ ਸਕਣਗੇ ਇੱਕੋ ਇੱਕ ਵੱਡਾ ਬਾਰਡਰ ਸੀਗਾ ਜਿਹੜਾ ਉਹ ਬਾਰਡਰ ਸੀਲ ਕਰ ਦਿੱਤਾ ਗਿਆ ਆਮ ਆਵਾਜਾਈ ਠੱਪ ਕਰ ਦਿੱਤੀ ਗਈ ਹੈ ਆਮ ਆਵਾਜਾਈ ਰੋਕ ਦਿੱਤੀ ਗਈ ਹੈ ਦਿੱਲੀ ਦੇ ਵਸਨੀਕ ਵੀ ਟਿਕਰੀ ਨਹੀਂ ਜਾ ਪਾਣਗੇ ਜਾਂ ਟਿਕਰੀ ਤੋਂ ਜੇਕਰ ਐਂਟਰ ਕਰਨਾ ਚਾਹੁੰਦਾ ਤਾਂ ਉਹ ਵੀ ਨਹੀਂ ਕਰ ਪਾਣਗੇ ਸੋ ਇਹ ਵੱਡੀ ਖਬਰ ਹੈਗੀ ਹੈ ਕੀ ਟਿਕਰੀ ਵਾਲਾ ਜਿਹੜਾ ਬਾਰਡਰ ਹੈ ਉਹ ਵੀ ਸੀਲ ਕਰ ਦਿੱਤਾ ਗਿਆ ਦੂਜੇ ਪਾਸੇ ਵੱਡੀ ਖਬਰ ਇਹ ਹੈ ਕਿ ਗਾਜ਼ੀਪੁਰ ਬਾਰਡਰ ਤੇ ਰਾਤ ਨੂੰ ਬੜੀ ਹਲਚਲ ਹੋਈ ਸੀ ਗਾਜ਼ੀਪੁਰ ਬਾਰਡਰ ਤੇ ਜਿਹੜੇ ਲੋਕ ਬੈਠੇ ਸੀ ਉਹਨਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ ਬਿਜਲੀ ਦੀ ਸਪਲਾਈ ਉਹਨਾਂ ਨੂੰ ਵੱਖ-ਵੱਖ ਟੈਂਟਾਂ ਤੇ ਵੱਖ-ਵੱਖ ਸ਼ੈਡਾਂ ਤੇ ਜਿਹੜੀ ਲਾਈ ਹੋਈ ਸੀ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਹੈ ਔਰ ਉਹ ਲੋਕ ਇਲਜ਼ਾਮ ਲਾ ਰਹੇ ਨੇ ਸਰਕਾਰ ਨੇ ਪਾਣੀ ਦੀ ਸਪਲਾਈ ਵੀ ਕੱਟ ਦਿੰਦੀ ਹੈ ਤਾਂ ਜੋ ਇਹ ਜਿਹੜਾ ਸੰਘਰਸ਼ ਹੈ ਇਸ ਨੂੰ ਖਰਾਬ ਕੀਤਾ ਜਾਵੇ ਪਰ ਹਾਲੇ ਵੀ ਗਾਜ਼ੀਪੁਰ ਬਾਰਡਰ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਹੋਏ ਨੇ ਬਿਜਲੀ ਪਾਣੀ ਤੋਂ ਬਿਨਾਂ ਲੋਕ ਬੈਠੇ ਹੋਏ ਨੇ ਪਰ ਗਾਜ਼ੀਪੁਰ ਬਾਰਡਰ ਤੇ ਤਰਨਾ ਜਾਰੀ ਹੈ ਬੜੇ ਸਾਰੇ ਲੋਕ ਕਹ ਰਹੇ ਸੀ ਕਿ ਗਾਜ਼ੀਪੁਰ ਬਾਰਡਰ ਬਿਲਕੁਲ ਸਾਫ਼ ਹੋ ਗਿਆ ਕਲੀਨ ਹੋ ਗਿਆ ਉੱਥੇ ਤਰਨਾ ਹਲੇ ਵੀ ਜਾਰੀ ਹੈ ਹੁਣ ਦੂਜੇ ਪਾਸੇ ਚਿੱਲਾ ਬਾਰਡਰ ਜਿਹੜਾ ਹੈਗਾ ਉਸ ਤੋਂ ਆंदोलਨ ਚੁੱਕ ਦਿੱਤਾ ਗਿਆ ਇਹ ਇੱਕ ਵੱਡੀ ਖਬਰ ਆ ਰਹੀ ਹੈ ਕਿ ਚਿੱਲਾ ਬਾਰਡਰ ਉੱਥੇ ਗਿਣਤੀ ਵੈਸੇ ਘੱਟ ਸੀ ਕਿਸਾਨ ਭਾਈਚਾਰੇ ਦੀ ਉਹ ਉਸ ਬਾਰਡਰ ਤੋਂ ਇਹ ਚੁੱਕ ਦਿੱਤਾ ਗਿਆ ਦਰਸ ਪੀ ਦੇ ਵਿੱਚ ਪੈ ਜਾਂਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਪੈ ਜਾਂਦੇ ਨੇ ਯੋਗੀ ਸਰਕਾਰ ਵੱਲੋਂ ਤਿੰਨ ਬਾਰਡਰਾਂ ਤੋਂ ਅੰਦੋਲਨ ਨੂੰ ਚੁੱਕ ਦਿੱਤਾ ਗਿਆ ਇਹ ਸਾਡੇ ਸੂਤਰ ਜਾਣਕਾਰੀ ਦੇ ਰਹੇ ਨੇ ਜਿਸ ਦੇ ਵਿੱਚ ਯੂਪੀ ਦੇ ਭਾਗਪਤ ਜਿਹੜੇ ਕਿਸਾਨ ਬੈਠੇ ਸੀ ਉਹਨਾਂ ਨੂੰ ਵੀ ਹਟਾਇਆ ਗਿਆ ਚਿੱਲਾ ਬਾਰਡਰ ਜਿਹੜਾ ਬਰੂਤ ਤੋਂ ਸੀਗਾ ਉਹ ਵੀ ਹਟਾ ਦਿੱਤਾ ਗਿਆ ਸੋ ਕੁੱਲ ਮਿਲਾ ਕੇ ਇਹ ਜਿਹੜੀ ਜਾਣਕਾਰੀ ਹੈ ਇਸ ਦੇ ਵਿੱਚ ਕੋਈ ਦੋਰਾਏ ਨਹੀਂ ਹੈ ਕਿ ਸਰਕਾਰ ਤੇ ਪੁਲਿਸ ਨੇ ਹੁਣ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਕਿਸਾਨ ਵਕਫ ਵਕਫ ਬਾਰਡਰਾਂ ਤੇ ਬੈਠੇ ਨੇ ਉਹਨਾਂ ਤੇ ਦਬਾਅ ਬਣਾਇਆ ਜਾਵੇ ਪਾਵੇਂ ਪੁਲਿਸ ਦੇ ਜ਼ਰੀਏ ਹੋਵੇ ਜਾਂ ਆਮ ਲੋਕਾਂ ਦੇ ਜ਼ਰੀਏ ਹੋਵੇ ਕਿ ਆਮ ਲੋਕ ਬੜੇ ਦੁਖੀ ਹੋਗੇ ਨੇ ਅਜੇ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਹੈ ਉਸ ਨੂੰ ਡਾਵਾਡੋਲ ਕੀਤਾ ਜਾਵੇ ਪਰ ਕਿਤਨਾ ਕੀਤੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਸੰਜਮ ਨਾਲ ਠਰਮੇ ਨਾਲ ਚੱਲ ਰਹੀਆਂ ਨੇ ਆਪਣੀ ਸਟੇਜ ਤੋਂ ਵਾਰ-ਵਾਰ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਕੋਈ ਵੀ ਅਜਿਹਾ ਮੌਕਾ ਹੁਣ ਦੁਬਾਰਾ ਨਾ ਦਿੱਤਾ ਜਾਵੇ ਸਰਕਾਰ ਤੇ ਪੁਲਿਸ ਨੂੰ ਤਾਂ ਜੋ ਉਹਨਾਂ ਨੂੰ ਮੌਕਾ ਮਿਲ ਸਕੇ ਸਾਡੇ ਅੰਦੋਲਨ ਨੂੰ ਖਰਾਬ ਕਰਨ ਦਾ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦਾ ਕੁਝ ਕ ਲੋਕ ਸਿੰਗੂ ਬਾਰਡਰ ਤੇ ਅੱਜ ਇਕੱਠੇ ਹੋਏ ਸੀ ਇਸ ਸੰਘਰਸ਼ ਦੇ ਖਿਲਾਫ ਉਹਨਾਂ ਨੂੰ ਸਮਝਾ ਬਜਾ ਕੇ ਵਾਪਸ ਜ਼ਰੂਰ ਭੇਜ ਦਿੱਤਾ ਗਿਆ ਪਰ ਹਲੇ ਵੀ ਸੰਘਰਸ਼ ਜਾਰੀ ਹੈ ਔਰ ਵੱਡੀ ਗਿਣਤੀ ਵਿੱਚ ਲੋਕ ਜਟੇ ਹੋਏ ਨੇ ਔਰ ਕੁਝ ਕਥਾਵਾਂ ਜੜੀਆਂ ਨੇ ਉਥੋਂ ਧਰਨਾ ਪ੍ਰਦਰਸ਼ਨ ਜਿਹੜਾ ਉਹ ਚੁੱਕ ਦਿੱਤਾ ਗਿਆ ਸ਼ਾਮ ਤੱਕ ਕੀ ਸਥਿਤੀ ਬਣਦੀ ਹੈ ਕੀ ਤਸਵੀਰ ਸਾਹਮਣੇ ਆਂਦੀ ਹੈ ਉਹ ਤੁਹਾਨੂੰ ਦੁਬਾਰਾ ਦੱਸਾਂਗੇ ਫਿਲਹਾਲ ਦੇ ਲਈ ਧੰਨਵਾਦ